ਸਰ ਕੱਲ ਅਸੀਂ ਜਿਹੜਾ ਮੇਰੀ ਸਿਸਟਰ ਦਾ ਪਤੀ ਸੀਗਾ ਕੱਲ੍ਹ ਦੂਜੀ ਸ਼ਾਦੀ ਕਰ ਰਿਹਾ ਸੀਗਾ ਜੀ। ਅਸੀਂ ਕੱਲ੍ਹ ਪਿੰਡ ਸ਼ੰਗਾ ਰਾਏ ਤੋਂ ਜੀ ਉਹਨਾਂ ਨੂੰ ਅਸੀਂ ਪੁਲਿਸ ਨੂੰ ਰੰਗਿਆ ਤੀ ਫੜਾਤਾ ਸੀ ਨਾਲ। ਹਜੇ ਤੱਕ ਕੋਈ ਪੁਲਿਸ ਕਾਰਵਾਈ ਨਹੀਂ ਕਰ ਰਹੀ। ਉਸ ਕਹਿੰਦੀ ਕਾਰਵਾਈ ਕੁਛ ਨਹੀਂ ਕਾਰਵਾਈ ਹੋਈ, ਬਸ ਐਵੇਂ ਇੱਕ ਅੰਜੂ ਪੂੰਝ ਰਹੇ ਸਰ। ਕੀ ਕਾਰਵਾਈ ਕੀਤੀ ਪੁੱਛ ਰਹੇ ਹਾਂ? ਪੁਲਿਸ ਨੇ ਕੁਛ ਕਾਰਵਾਈ ਕੀਤੀ, 7-5 ਜਣਾਂ ਨੇ ਬੰਦਾ ਅੰਦਰ ਬਿਠਾਇਆ ਹੋਇਆ। ਅਸੀਂ ਇਨਸਾਫ ਚਾਹੁੰਦੇ ਹਾਂ, ਉਸ ਦੇ ਉੱਚ ਅਧਿਕਾਰੀਆਂ ਤੋਂ ਇਹਨਾਂ 'ਤੇ ਬਣਦੀ ਕਾਰਵਾਈ ਕੀਤੀ ਜਾਵੇ। ਜੋ ਪਰਚਾ ਬਣਦਾ ਹੈ ਪਰਚਾ ਕੱਟ ਕੇ ਇਹਨਾਂ 'ਤੇ ਕਾਰਵਾਈ ਕੀਤੀ ਜਾਵੇ, ਦੋ ਦੋਸ਼ੀ। ਕੀ ਨਾਮ ਹੈ ਤੁਹਾਡਾ? ਪਰਮਜੀਤ ਸਿੰਘ। 16 ਫਰਵਰੀ 2020 'ਚ ਮੇਰੀ ਸ਼ਾਦੀ ਹੋਈ ਸੀ ਪੇਕੇ ਘਰ 'ਚ ਰੀਤੀ ਰਿਵਾਜ਼ਾਂ ਨਾਲ। ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮਾਰ ਕੁੱਟ ਕਰਕੇ ਘਰੋਂ ਬਾਹਰ ਕੱਢ ਦਿੰਦੀ ਸੀ, ਬੱਚਾ ਹੋਣ ਵਾਲਾ ਸੀ। ਮੇਰਾ ਪਤੀ ਕਹਿੰਦਾ ਸੀ ਕਿ ਮੇਰਾ ਕਿਸੇ ਹੋਰ ਦੂਸਰੀ ਲੜਕੀ ਨਾਲ ਨਜਾਇਜ਼ ਸੰਬੰਧ ਹੈ, ਮੈਂ ਉਹਦੇ ਨਾਲ ਸ਼ਾਦੀ ਕਰਵਾਉਣਾ ਚਾਹੁੰਦਾ। ਫਿਰ ਉਸ ਤੋਂ ਬਾਅਦ ਉਹਨਾਂ ਨੇ ਮੈਨੂੰ ਮਾਰ ਕੁੱਟ ਕੇ ਘਰੋਂ ਕੱਢ ਤਾ, ਮੇਰੇ ਪੇਕੇ ਘਰ ਭੇਜ ਦਿੱਤਾ ਸੀ। ਮੇਰਾ ਮਾਂ ਪਿਓ 4-5 ਵਾਰੀ ਪੰਚਾਇਤ ਲੈ ਕੇ ਗਿਆ ਸੀ, ਘਰੇ ਛੱਡ ਆਉਂਦੇ ਸੀ, ਫਿਰ ਉਹ ਮਾਰ ਕੁੱਟ ਕਰਕੇ ਮੈਨੂੰ ਉਹਨਾਂ ਨੇ ਘਰੋਂ ਬਾਹਰ ਕੱਢ ਤਾ ਸੀ। 2 ਦਿਨ ਪਹਿਲਾਂ ਕੀ ਮਾਮਲਾ ਹੈ? 2 ਦਿਨ ਪਹਿਲਾਂ ਹੋਇਆ ਸੀ, ਉਹਨਾਂ ਨੇ ਦੂਸਰੀ ਸ਼ਾਦੀ ਕਰਵਾ ਰਿਹਾ ਸੀ। ਕੌਣ? ਬੂਟਾ ਸਿੰਘ, ਮੇਰਾ ਪਤੀ ਦੂਸਰੀ ਸ਼ਾਦੀ ਕਰਵਾ ਰਿਹਾ ਸੀ। ਰੰਗੀ ਹੱਥੀ ਪਿੰਡ ਸ਼ਾਂਗੇ ਰਾਏ ਤੋਂ, ਜੋ ਕਿ ਅਸੀਂ ਪੁਲਿਸ ਸਮੇਤ ਰੰਗੇ ਹੱਥੀ ਪਕੜ ਲਿਆ ਸੀ। ਹੁਣ ਕੀ ਮੰਗ ਕਰ ਰਹੇ ਹੋ ਤੁਸੀਂ? ਮੈਨੂੰ ਇਨਸਾਫ ਦਿੱਤਾ ਜਾਵੇ ਕਿ ਉਹਨਾਂ 'ਤੇ ਪਰਚਾ ਹੋ ਜਾਵੇ ਅਤੇ ਮੈਨੂੰ ਕਾਰਵਾਈ। ਸ਼ੰਗਾ ਰਾਏ ਤੜ ਦਾ ਮਾਮਲਾ ਇਸ ਤਰ੍ਹਾਂ ਹੈ। ਸੁਨੀਤਾ ਰਾਣੀ ਹੈ, ਪੁੱਤਰੀ ਜਗਿੰਦਰ ਸਿੰਘ ਵਾਸੀ ਟਾਣੀ ਵੱਲੂ, ਟਾਣੀ ਬਾਬਾ ਵੱਲੂ ਸਿੰਘ ਵਾਲੀ ਦਾਖਲੀ ਨੱਥੂ ਦੁੱਲੇ ਨੱਥੂ ਵਾਲਾ ਰਹਿਣ ਵਾਲੀ ਹੈ, ਅਤੇ ਇਹਨੇ ਕੰਪਲੇਂਟ ਕੀਤੀ ਹੈ। ਜਿਹੜਾ ਮੇਰਾ ਘਰ ਵਾਲਾ ਬੂਟਾ ਸਿੰਘ ਆ, ਪੁੱਤਰ ਜਗਦੀਸ਼ ਸਿੰਘ ਵਾਸੀ ਮੋਜਮ ਜਿਹੜਾ ਫਾਜ਼ਿਲਕਾ ਰਹਿਣ ਵਾਲਾ, ਅੱਜ ਪਿੰਡ ਸ਼ੰਗਾ ਰਾਏ ਤੜ ਵਿਖੇ ਦੂਸਰੀ ਸ਼ਾਦੀ ਕਰਵਾ ਰਿਹਾ, ਅਤੇ ਜਿਹਦੀ ਸ਼ਾਦੀ ਜਾ ਕੇ ਮੌਕੇ 'ਤੇ ਰੋਕੀ ਕੀਤੀ, ਜਿਹੜੀ ਬਣਦੀ ਕਾਰਵਾਈ ਆਉਣ